ਜਿਹੜੀ ਗੱਲੋਂ ਰੋਕਦੇ ਹੋ, ਅਸੀਂ ਕਿਹੜਾ ਕੋਈ ਭੀਖ ਮੰਗ ਰਹੇ ਹਾਂ, ਅਸੀਂ ਪੰਜਾਬ ਆਪਣੇ ਹੱਕ ਮੰਗਦਾ, ਅਤੇ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਸੈਂਟਰ ਸਰਕਾਰ ਦੀਆਂ। ਐਜੂਕੇਸ਼ਨ ਦੇ ਖੇਤਰ 'ਚ ਸਕੂਲ ਬਣ ਰਹੇ ਨੇ, ਸਕੂਲ ਆਫ ਐਮੀਨੈਂਸ ਬਣੇ ਹੈ, ਚਾਹੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ, ਨਵੇਂ ਹੌਸਪੀਟਲ ਮੇਰੇ ਆਪਣੇ ਹਲਕੇ 'ਚ ਦੋ ਹਸਪਤਾਲ ਖਰੜ ਦੇ ਵਿੱਚ ਅਪਗ੍ਰੇਡ ਹੋਏ ਨੇ, ਇਸੇ ਤਰੀਕੇ ਪੂਰੇ ਪੰਜਾਬ 'ਚ ਹੋ ਰਹੇ ਨੇ, ਚਾਹੇ ਅਸੀਂ ਟੂਰਿਜ਼ਮ ਖੇਤਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ, ਹਰ ਖੇਤਰ ਦੇ ਵਿੱਚ ਤਹਿਸੀਲਾਂ ਦੇ ਹਾਲ ਦੇਖ ਲਓ ਬਦਲ ਗਏ ਨੇ, ਪੁਲਿਸ ਦਾ ਰਵੱਈਆ ਲੋਕਾਂ ਪ੍ਰਤੀ ਬਦਲ ਗਿਆ, ਇੱਕ ਭ੍ਰਿਸ਼ਟਾਚਾਰ ਨੂੰ ਪਹਿਲਾਂ ਨਾਲੋਂ ਬਹੁਤ ਨੱਥ ਪਈ ਹੈ, ਬਹੁਤ ਸਾਰੇ ਕੰਮ ਹੈ, ਬਿਜਲੀ ਮੁਫਤ ਹੋਈ ਹੈ ਜੀ, ਸਰਕਾਰ ਨੇ ਕੀਤੇ ਨੇ ਘਰ ਘਰ ਰਾਸ਼ਨ ਦੀ ਗੱਲ ਕੋਈ ਛੋਟੀ ਗੱਲ ਨਹੀਂ ਹੈ, ਵੀ ਘਰਾਂ ਦੇ ਵਿੱਚ ਜਾ ਕੇ ਡਿਲੀਵਰ ਹੋ ਰਿਹਾ, ਪੁਰਾਣੀਆਂ ਜਿਹੜੀਆਂ ਦੇਣਦਾਰੀਆਂ ਨੇ ਪਿਛਲੀਆਂ ਸਰਕਾਰਾਂ ਦੀਆਂ, ਉਹ ਵੀ ਤਾਂ ਲਾਉਣੀਆਂ ਨੇ ਨਾ, ਉਹ ਵੀ ਸਾਰੀਆਂ ਉਸ ਚੀਜ਼ ਨੂੰ ਵੀ ਤਾਂ ਸਰਕਾਰ ਦੇਖ ਰਹੀ ਹੈ ਕਿੰਨਾ ਕਰਜ਼ਾ ਸਰਕਾਰ ਨੇ ਲਾਇਆ, ਉਹ ਵਿਰੋਧੀਆਂ ਦਾ ਕੰਮ ਹੁੰਦਾ ਘੇਰਨਾ, ਅਤੇ ਜਦੋਂ ਇਹਨਾਂ ਨੂੰ ਆਹ ਪਿਛਲੀ ਵਿਧਾਨ ਸਭਾ ਇਲੈਕਸ਼ਨ 'ਚ ਲੋਕਾਂ ਨੇ ਘੇਰਿਆ, ਇਹਨਾਂ ਨੂੰ ਸਬਕ ਤਾਂ ਉਦੋਂ ਆਇਆ, ਸੋ ਹੁਣ ਸਾਹਮਣੇ ਬੈਠੇ ਬੋਲ ਰਹੇ ਨੇ, ਅਸੀਂ 5 ਸਾਲ ਲੋਕਾਂ ਤੋਂ ਮੰਗੇ ਸੀ, 5 ਸਾਲਾਂ ਬਾਅਦ ਲੋਕਾਂ ਨੂੰ ਜਿਹੜਾ ਸਾਰਾ ਹਿਸਾਬ ਕਿਤਾਬ ਆ ਉਹ ਦੇਵਾਂਗੇ। ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਜੀ ਨੇ ਲੋਕ ਸਭਾ ਇਲੈਕਸ਼ਨ ਕੈਂਪੇਨ ਨੂੰ ਲਾਂਚ ਕੀਤਾ ਹੈ, ਅਤੇ ਲੋਕਾਂ ਨੂੰ ਬੇਨਤੀ ਕੀਤੀ ਹੈ ਕਿ ਜਿਸ ਤਰੀਕੇ ਵਿਧਾਨ ਸਭਾ 'ਚ 92 ਸੀਟਾਂ ਦੇ ਕੇ ਉਹਨਾਂ ਨੇ ਹੱਥ ਮਜ਼ਬੂਤ ਕੀਤੇ ਹੈ, ਅਤੇ ਪੂਰੀ ਉਮੀਦ ਹੈ ਕਿ 13 ਦੇ 13 MP ਆ ਜਿਹੜੇ ਸਾਡੇ ਹੁਣ ਜਿਤਾਉਣਗੇ ਲੋਕ, ਜਿਸ ਤਰੀਕੇ 2 ਸਾਲਾਂ ਦੇ ਟਾਈਮ ਦੇ ਵਿੱਚ ਇੰਨੇ ਕੰਮ ਹੋਏ ਨੇ, ਚਾਹੇ ਉਹ ਐਜੂਕੇਸ਼ਨ ਦੇ ਖੇਤਰ 'ਚ ਸਕੂਲ ਬਣ ਰਹੇ ਨੇ, ਸਕੂਲ ਆਫ ਐਮੀਨੈਂਸ ਬਣੇ ਹੈ, ਚਾਹੇ ਮੁਹੱਲਾ ਕਲੀਨਿਕ ਦੀ ਗੱਲ ਕਰੀਏ, ਨਵੇਂ ਹੌਸਪੀਟਲ ਮੇਰੇ ਆਪਣੇ ਹਲਕੇ 'ਚ ਦੋ ਹਸਪਤਾਲ ਖਰੜ ਦੇ ਵਿੱਚ ਅਪਗ੍ਰੇਡ ਹੋਏ ਨੇ, ਇਸੇ ਤਰੀਕੇ ਪੂਰੇ ਪੰਜਾਬ 'ਚ ਹੋ ਰਹੇ ਨੇ, ਚਾਹੇ ਅਸੀਂ ਟੂਰਿਜ਼ਮ ਖੇਤਰ ਦੀਆਂ ਪ੍ਰਾਪਤੀਆਂ ਦੀ ਗੱਲ ਕਰੀਏ, ਹਰ ਖੇਤਰ ਦੇ ਵਿੱਚ ਤਹਿਸੀਲਾਂ ਦੇ ਹਾਲ ਦੇਖ ਲਓ ਬਦਲ ਗਏ ਨੇ, ਪੁਲਿਸ ਦਾ ਰਵੱਈਆ ਲੋਕਾਂ ਪ੍ਰਤੀ ਬਦਲ ਗਿਆ, ਇੱਕ ਭ੍ਰਿਸ਼ਟਾਚਾਰ ਨੂੰ ਪਹਿਲਾਂ ਨਾਲੋਂ ਬਹੁਤ ਨੱਥ ਪਈ ਹੈ, ਬਹੁਤ ਸਾਰੇ ਕੰਮ ਹੈ, ਬਿਜਲੀ ਮੁਫਤ ਹੋਈ ਹੈ ਜੀ, ਸਰਕਾਰ ਨੇ ਕੀਤੇ ਨੇ ਘਰ ਘਰ ਰਾਸ਼ਨ ਦੀ ਗੱਲ ਕੋਈ ਛੋਟੀ ਗੱਲ ਨਹੀਂ ਹੈ, ਵੀ ਘਰਾਂ ਦੇ ਵਿੱਚ ਜਾ ਕੇ ਡਿਲੀਵਰ ਹੋ ਰਿਹਾ, 2 ਸਾਲਾਂ 'ਚ ਮੈਂ ਬੇਨਤੀ ਕਰੂੰਗੀ ਲੋਕਾਂ ਨੂੰ ਵੀ ਬਹੁਤ ਕੰਮ ਕੀਤੇ ਨੇ, ਬਹੁਤ ਸਾਰੇ ਰਹਿ ਗਏ ਨੇ, ਸਾਰੇ ਕੰਮ ਨਿਬੇੜਾਂਗੇ, 13 ਸੀਟਾਂ ਜਦੋਂ ਇੰਨਾ ਵਿਸ਼ਵਾਸ ਦਿਖਾਇਆ ਹੀ ਹੈ, 92 ਸੀਟਾਂ ਦਿੱਤੀਆਂ ਨੇ, ਹੁਣ 5 ਸਾਲ ਪੂਰੀ ਮਜ਼ਬੂਤੀ ਦੇ ਕੇ ਰੱਖਣੀ ਆ, 5 ਸਾਲ ਸਾਨੂੰ ਦੇ ਕੇ ਰੱਖਣੇ ਨੇ, ਪੂਰਾ ਸਿਰ 'ਤੇ ਹੱਥ ਰੱਖਣਾ, ਅਤੇ ਮੁੱਖ ਮੰਤਰੀ ਸਾਹਿਬ ਦੀਆਂ ਜਿਹੜੀਆਂ ਬਾਹਾਂ ਨੇ ਤੁਸੀਂ ਸਾਰੇ MP ਜਿਤਾ ਕੇ ਮਜ਼ਬੂਤ ਕਰਨੀ ਆ। ਉਹ ਜੀ ਕਰਜ਼ੇ ਨੂੰ ਲੈ ਕੇ ਸਰਕਾਰ ਨੂੰ ਬਹੁਤ ਘੇਰਿਆ ਜਾ ਰਿਹਾ, ਵਿਰੋਧੀ ਕਹਿੰਦੇ ਨੇ 5 ਸਾਲ 'ਚ ਅਸੀਂ ਕਰਜ਼ਾ ਲਿਆ ਜਿੰਨਾ ਤੁਸੀਂ 2 ਸਾਲਾਂ 'ਚ ਹੀ ਲੈ ਲਿਆ। ਦੇਖੋ ਪੁਰਾਣੀਆਂ ਜਿਹੜੀਆਂ ਦੇਣਦਾਰੀਆਂ ਨੇ ਪਿਛਲੀਆਂ ਸਰਕਾਰਾਂ ਦੀਆਂ, ਉਹ ਵੀ ਤਾਂ ਲਾਉਣੀਆਂ ਨੇ ਨਾ, ਉਹ ਵੀ ਸਾਰੀਆਂ ਉਸ ਚੀਜ਼ ਨੂੰ ਵੀ ਤਾਂ ਸਰਕਾਰ ਦੇਖ ਰਹੀ ਹੈ ਕਿੰਨਾ ਕਰਜ਼ਾ ਸਰਕਾਰ ਨੇ ਲਾਇਆ, ਉਹ ਵਿਰੋਧੀਆਂ ਦਾ ਕੰਮ ਹੁੰਦਾ ਘੇਰਨਾ, ਅਤੇ ਜਦੋਂ ਇਹਨਾਂ ਨੂੰ ਆਹ ਪਿਛਲੀ ਵਿਧਾਨ ਸਭਾ ਇਲੈਕਸ਼ਨ 'ਚ ਲੋਕਾਂ ਨੇ ਘੇਰਿਆ, ਇਹਨਾਂ ਨੂੰ ਸਬਕ ਤਾਂ ਉਦੋਂ ਆਇਆ, ਸੋ ਹੁਣ ਸਾਹਮਣੇ ਬੈਠੇ ਬੋਲ ਰਹੇ ਨੇ, ਅਸੀਂ 5 ਸਾਲ ਲੋਕਾਂ ਤੋਂ ਮੰਗੇ ਸੀ, 5 ਸਾਲਾਂ ਬਾਅਦ ਲੋਕਾਂ ਨੂੰ ਜਿਹੜਾ ਸਾਰਾ ਹਿਸਾਬ ਕਿਤਾਬ ਆ ਉਹ ਦੇਵਾਂਗੇ। ਜਿਹੜਾ ਕੇਂਦਰ ਵੱਲੋਂ ਜਿਹੜਾ ਪੈਸਾ ਰੋਕਿਆ ਜਾ ਰਿਹਾ ਜੀ, ਉਹ ਪੈਸਾ ਅਜੇ ਕਿੰਨੀ ਕੁ ਹੋਰ ਕਹਿ ਸਕਦੇ ਹੋ? ਦੇਖੋ ਜੇ RDF ਦਾ 8.5 ਹਜ਼ਾਰ ਕਰੋੜ ਰੁਪਈਆ ਆਉਂਦਾ ਹੈ, ਅਤੇ ਆਪਣੀਆਂ ਜਿਹੜੀਆਂ ਸੜਕਾਂ ਨੇ, ਲਿੰਕ ਰੋਡਸ ਨੇ, ਸਾਰਾ ਕੁਛ ਬਣਦਾ ਹੈ, ਕਿਹੜੀ ਗੱਲੋਂ ਰੋਕਦੇ ਹੋ? ਅਸੀਂ ਕਿਹੜਾ ਕੋਈ ਭੀਖ ਮੰਗ ਰਹੇ ਹਾਂ, ਅਸੀਂ ਪੰਜਾਬ ਆਪਣੇ ਹੱਕ ਮੰਗਦਾ, ਅਤੇ ਇਹ ਗੱਲਾਂ ਚੰਗੀਆਂ ਨਹੀਂ ਹੈਗੀਆਂ ਸੈਂਟਰ ਸਰਕਾਰ ਦੀਆਂ, ਅਤੇ ਜਿੰਨੇ ਆਪਣੇ MP ਉੱਥੇ ਵੱਧ ਹੋਣਗੇ, ਉਹਨਾਂ ਜਿਹੜੀ ਸਰਕਾਰ ਦੀਆਂ ਬਾਹਾਂ ਮਜ਼ਬੂਤ ਹੁੰਦੀਆਂ ਨੇ, ਉਹਨੇ ਅੱਗੇ ਤਾਂ ਸਾਡੇ ਇਕੱਲੇ ਮੁੱਖ ਮੰਤਰੀ ਸਾਹਿਬ ਨਹੀਂ ਮਾਣ ਸੀ ਜਦੋਂ ਇਕੱਲੇ MP ਉੱਥੇ ਲੋਕ ਸਭਾ 'ਚ ਜਾਂਦੇ ਸੀ, ਅਤੇ ਜੇ ਤੁਸੀਂ 13 ਹੁਣ ਜਿਤਾ ਕੇ ਭੇਜਦੇ ਹੋ, ਤਾਂ ਤੁਹਾਡੇ ਹੱਥ 'ਚ ਆ ਸਾਰੀ ਗੱਲ, ਅਤੇ ਅਸੀਂ ਜਿਹੜੀ ਆਪਣੇ ਪੰਜਾਬ ਦੀ ਹਰ ਗੱਲ ਮਜ਼ਬੂਤੀ ਨਾਲ ਲੋਕ ਸਭਾ 'ਚ ਰੱਖਾਂਗੇ। ਮੈਨੂੰ ਉਮੀਦ ਹੈ ਪੰਜਾਬ ਦੇ ਲੋਕਾਂ ਤੋਂ ਕਿ ਦੁਬਾਰਾ ਤੋਂ ਜਿਹੜਾ ਤੁਸੀਂ ਇਸ ਵਾਰੀ 13 ਲੋਕ ਸਭਾ ਸੀਟਾਂ ਆਮ ਆਦਮੀ ਪਾਰਟੀ ਤੁਹਾਡੀ ਆਪਣੀ ਚੁਣੀ ਹੋਈ ਸਰਕਾਰ ਦੇ ਝੋਲੀ ਪਾਉਂਗੇ। 13 ਜ਼ੀਰੋ ਦੀ ਕੇਜਰੀਵਾਲ ਜੀ ਨੇ ਗੱਲ ਕੀਤੀ, ਕੇਂਦਰੀ ਮੰਤਰੀਆਂ ਨੂੰ ਘੇਰਾਂਗੇ, ਜੇ 13 ਜ਼ੀਰੋ ਦਾ ਅੰਕੜਾ ਆਉਂਦਾ ਕੀ ਕਹੋਗੇ ਇਹਦੇ ਬਾਰੇ? ਬਿਲਕੁਲ, ਮੈਂ ਉਹੀ ਗੱਲ ਕਰ ਰਹੀ ਹਾਂ ਕਿ 13 ਜ਼ੀਰੋ ਲੋਕ ਕਰਨਗੇ, ਜ਼ਰੂਰ ਲੋਕ ਇਸ ਗੱਲ ਉੱਤੇ ਵਿਸ਼ਵਾਸ ਦਿਖਾਉਣਗੇ,
ਬਹੁਤ ਸਾਰੇ ਕੰਮ ਜਿਹੜੇ ਤੁਹਾਨੂੰ ਲੱਗਦਾ ਵੀ ਹਲੇ ਰਹਿੰਦੇ ਨੇ ਕਰ ਰਹੇ ਹਾਂ। 2 ਸਾਲਾਂ, ਇੱਕ ਪਾਸੇ 75 ਸਾਲ ਸੀ, ਇੱਕ ਪਾਸੇ 2 ਸਾਲ ਸੀ, ਅਤੇ ਕੋਈ ਛੋਟੀ ਗੱਲ ਨਹੀਂ ਹੈ ਕਹਿਣੀ ਵੀ ਇੰਨੇ ਕੰਮ ਕਰ ਦੇਣੇ ਆ ਕਿ ਅਸੀਂ ਕੋਈ ਪੋਲੀਟੀਕਲ ਗੱਲਾਂ ਕਰ ਰਹੇ ਹਾਂ, ਲੋਕਾਂ ਦੇ ਸਾਹਮਣੇ ਹੈ। ਅਤੇ ਜਦੋਂ ਹੋਰ ਸਮਾਂ ਲੰਘੂਗਾ ਬਹੁਤ ਸਾਰੇ ਕੰਮ ਜਿਹੜੇ ਹੋਰ ਕਰਾਂਗੇ, ਮੇਰੀ ਪੰਜਾਬੀਆਂ ਅੱਗੇ, ਪੰਜਾਬ ਦੇ ਬਹਾਦਰ ਲੋਕਾਂ ਅੱਗੇ, ਅਤੇ ਸਭ ਤੋਂ ਅਗਾਂਹ ਵਧੂ ਲੋਕਾਂ ਅੱਗੇ। ਜਦੋਂ ਵੀ ਬਦਲਾਅ ਆਉਂਦਾ ਉਹ ਪੰਜਾਬ ਦੀ ਧਰਤੀ ਸ਼ੁਰੂ ਕਰਦੀ ਹੈ, ਜਦੋਂ ਕੋਈ ਅੰਦੋਲਨ ਚੱਲਦਾ ਉਹ ਪੰਜਾਬ ਦੀ ਧਰਤੀ ਸ਼ੁਰੂ ਕਰਦੀ ਹੈ। ਆਸ਼ੀਰਵਾਦ ਆਪਣਾ ਜਿਹੜਾ ਸਿਰ 'ਤੇ ਹੱਥ ਬਣਾ ਕੇ ਰੱਖਿਓ, ਮੈਂ ਇਹੀ ਬੇਨਤੀ ਕਰੂੰਗੀ। ਤੁਹਾਡੇ ਬੱਚਿਆਂ ਲਈ, ਆਪਣੇ ਪੰਜਾਬ ਲਈ, ਆਪਣੇ ਪੰਜਾਬ ਦੀ ਤਰੱਕੀ ਲਈ ਕੰਮ ਕਰ ਰਹੇ ਹਾਂ, ਤੁਹਾਡੇ ਆਪਣੇ ਬੱਚਿਆਂ, ਕਿਸਾਨਾਂ ਦੇ ਬੱਚੇ ਆ, ਬਹੁਤ ਬਹੁਤ ਮਿਹਰਬਾਨੀ ਹੈ ਜੀ।